ਦਿਨ ਬ ਦਿਨ ਲੁਟੇਰਿਆਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਉਹਨਾਂ ਨੂੰ ਪ੍ਰਸ਼ਾਸਨ ਦਾ ਜਮਾ ਡਰ ਹੀ ਨਹੀਂ ਰਿਹਾ। ਇੱਕ ਤੋਂ ਬਾਅਦ ਇੱਕ ਲੁੱਟ ਖੋ ਕਰਨ ਲਈ ਆ ਜਾਂਦੇ ਨੇ ਇਹ ਲੁਟੇਰੇ। ਪਰ ਅੱਜ ਵਾਲੀ ਇਹ ਵੀਡੀਓ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ। ਜੀ ਹਾਂ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਦਾ ਟਾਕਰਾ ਹੋਇਆ ਇੱਕ ਬਹਾਦਰ ਵਿਅਕਤੀ ਦੇ ਨਾਲ, ਜਿਸ ਨੇ ਲੁੱਟ ਖੋ ਕਰਨ ਆਏ ਲੁਟੇਰਿਆਂ ਨੂੰ ਕਰ ਲਿਆ ਕਾਬੂ। ਲੁਟੇਰੇ ਆਪਣੀ ਜਾਨ ਬਚਾਉਣ ਲਈ ਮੌਕੇ ਤੇ ਭੱਜ ਗਏ। ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੁਟੇਰੇ ਮਨੀ ਐਕਸਚੇਂਜਰ ਦੀ ਦੁਕਾਨ ਵਿੱਚ ਆਉਂਦੇ ਨੇ, ਜਿਨ੍ਹਾਂ ਦਾ ਮੂੰਹ ਕਵਰ ਕੀਤਾ ਹੁੰਦਾ ਹੈ ਤੇ ਫਿਰ ਉਹ ਡੱਬ ਵਿੱਚੋਂ ਪਿਸਤੌਲ ਕੱਢ ਲੈਂਦੇ ਨੇ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਹਮਣੇ ਵਾਲਾ ਇਹਨਾਂ ਨੂੰ ਭਾਜੜਾ ਪਾ ਦੇਵੇਗਾ ਤੇ ਇਹਨਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਵੇਗਾ। ਲੁਟੇਰਿਆਂ ਨੂੰ ਭਾਜੜਾ ਪੈ ਗਈਆਂ ਜਦੋਂ ਦੁਕਾਨਦਾਰ ਨੇ ਇਹਨਾਂ ਨੂੰ ਕਾਬੂ ਕਰ ਲਿਆ। ਇਹ ਇੱਥੋਂ ਨਿਕਲ ਕੇ ਜਾਨ ਬਚਾ ਕੇ ਭੱਜੇ। ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ।